ਕਾਂਗਰਸ ਬਚਾਉਣੀ ਹੈ ਹਾਈ ਕਮਾਂਡ ਨੇ। ਜੇ ਹੁਣ ਵੀ ਉਹ ਕੋਈ ਮੇਜਰ ਆਪਰੇਸ਼ਨ ਨਹੀਂ ਕਰਨਗੇ, ਕਾਂਗਰਸ ਹੀ ਤਾਂ ਮਾਰਤੇ, ਉਹ ਤਾਂ ਪੁਰਾਣੇ ਕਾਂਗਰਸੀ ਘਰਾਂ, ਉਹਦੀ ਜਗ੍ਹਾ ਮਾਫੀਆ ਲੋਕ ਆ ਗਏ, ਅੱਤਵਾਦੀ ਵੀ MLA ਬਣ ਕੇ ਆ ਗਏ, ਕਾਫੀ ਮਾਫੀਆ ਨੇ ਕਈ ਪਾਰਟੀਆਂ ਚੋਂ ਬੰਦੇ, ਅਕਾਲੀ ਦਲ ਚੋਂ ਆ ਕੇ, ਕੋਈ PP ਚੋਂ ਆ ਗਿਆ, ਕੋਈ ਕਿਤੋਂ ਆ ਗਿਆ, ਆ ਕੇ MLA ਵੀ ਬਣ ਗਏ, ਮੰਤਰੀ ਬਣ ਗਏ। ਜੇ ਹਾਈ ਕਮਾਂਡ ਨੇ ਨਾ ਸੀਰੀਅਸਲੀ ਪੰਜਾਬ ਨੂੰ ਲਿਆ ਤਾਂ ਉਹਦਾ ਰਿਜ਼ਲਟ ਸਾਹਮਣੇ ਹੈ। ਕਾਰ ਦੀ ਸ਼ਾਇਦ ਹੀ ਚੱਲਦਾ, ਉਹ 'ਚ ਲੀਡਰਾਂ ਦਾ ਵੀ ਸਥਾਪਨਾ, ਉਹ 'ਚ ਪੁਲਿਸ ਵੀ ਹੈ। ਇਹ ਤਾਂ 10-15 ਸਾਲ ਤੋਂ ਵਿਗੜਿਆ ਉੱਥੇ। ਅਕਾਲੀਆਂ ਨੂੰ ਲੋਕਾਂ ਨੇ ਕੰਡੈਮ ਕੀਤਾ, ਸਰਕਾਰ ਬਦਲੀ ਕਿਉਂਕਿ ਬਦਨਾਮ ਹੋ ਗਏ ਸੀ, ਉਹੀ ਕੰਮ ਸਾਡੇ ਲੋਕ ਕਰਨ ਲੱਗ ਗਏ। ਉਹ ਜਿਹੜਾ ਚੀਫ ਮਿਨਿਸਟਰ ਆ ਉਹ ਮੁੱਖ ਮੰਤਰੀ ਦੇ ਤੌਰ 'ਤੇ ਵੀ ਕੰਮ ਕਰਦਾ, ਜੇ ਮੁੱਖ ਮੰਤਰੀ ਹੁੰਦਾ ਕਹਿੰਦਾ ਤਾਂ ਦੂਏ ਦਿਨ ਜਿੱਥੇ ਬੰਦੇ ਮਰੇ ਅਤੇ ਉੱਥੇ ਜਾਂਦਾ, ਇਹ ਸਮਗਲਿੰਗ ਹੋ ਰਹੀ ਹੈ ਇਹਨੂੰ ਰੋਕਦਾ। ਉਹ ਮੁੱਖ ਮੰਤਰੀ ਨਹੀਂ ਹੈ, ਸਿੱਧੂ ਸਾਹਿਬ ਕਿਉਂ ਘਰ ਬੈਠੇ ਨੇ? ਫਿਰ ਅੰਮ੍ਰਿਤਸਰ ਦੇ ਵਿੱਚ ਲੋਕ ਮਰੇ ਨੇ, ਉਹਦੇ ਇਲਾਕੇ ਦੇ ਵੀ ਲੋਕ ਮਰੇ ਹੋਣਗੇ, ਸਿੱਧੂ ਸਾਹਿਬ ਚੁੱਪ ਕਿਉਂ ਨੇ? ਪ੍ਰਗਟ ਸਿੰਘ ਦੀ ਗੱਲ ਕਰਦੀ ਹੈ, ਉਹ ਕਿਉਂ ਚੁੱਪ ਨੇ, ਕਿਉਂ ਚੁੱਪ ਕਰ ਗਏ? ਐਡਾ ਬੜਾ ਦੁਕਾਨ ਤਾਂ ਸਮਗਲਿੰਗ ਹੋ ਰਹੀ ਹੈ, ਮਾਫੀਆ ਹੋ ਰਿਹਾ।